ਪੰਜਾਬ ਸਰਕਾਰ ਵੱਲੋਂ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਅਲੋਟ ਕੀਤੀ ਜ਼ਮੀਨ ਉੱਤੇ ਕਬਜ਼ੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਏਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਪਾਰਟੀ ਆਗੂਆਂ ਤੇ ਵਰਕਰਾਂ ਅਤੇ ਨੀਤੂ ਛਤਰਾ ਵਾਲੇ ਡਿਪਟੀ ਕਮਿਸ਼ਨਰ ਜ਼ਿਲ੍ਹੇ ਨੂੰ ਸੰਬੋਧਨ ਕਰਦਿਆਂ ਹੋਇਆਂ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਅਲੋਟ ਕੀਤੀ ਜ਼ਮੀਨ ਦੇ ਕਬਜ਼ੇ ਸੰਬੰਧੀ ਝਗੜੇ ਦਾ ਤੁਰੰਤ ਹੱਲ ਕਰਨ ਅਤੇ ਇਸ ਦੀ ਉੱਚ ਪੱਧਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਪੂਰਥਲਾ ਅਮਿਤ ਕੁਮਾਰ ਪੰਚਾਲ ਦੇ ਨਾਂ DSP ਸਬ ਡਿਵੀਜ਼ਨ ਕਪੂਰਥਲਾ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਤਾਂ ਜੋ ਦਲਿਤ ਭਾਈਚਾਰੇ ਨੂੰ ਅਲੋਟ ਕੀਤੀ ਸਰਕਾਰੀ ਜ਼ਮੀਨ ਉੱਤੇ ਕਬਜ਼ੇ ਦਾ ਮਾਮਲਾ ਹੱਲ ਕੀਤਾ ਜਾ ਸਕੇ ਤਾਂ ਜੋ ਕਪੂਰਥਲਾ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ। ਅਰੁਣ ਜੀ, ਕੀ ਏਜੰਡਾ ਸੀ ਜਿਹਨੂੰ ਲੈ ਕੇ ਜਿਹੜਾ ਕਿ ਤੁਸੀਂ DC ਸਾਹਿਬ ਦੇ ਨਾਂ ਤੇ ਜਿਹੜਾ ਮੰਗ ਪੱਤਰ ਦਿੱਤਾ ਵਾ? ਸਭ ਤੋਂ ਪਹਿਲੇ ਜੈ ਭੀਮ ਜੈ ਭਾਰਤ, ਜੋ ਬੋਲੇ ਸੋਨੇ ਪੇ ਭਗਵਾਨ ਅੱਜ ਅਸੀਂ ਏਕਤਾ ਪਾਰਟੀ ਵੱਲੋਂ ਤੇ ਨੀਟੂ ਯੂਨੀਵਰਸਿਟੀ ਨੀਟੂ ਛਟਰਾ ਵਾਲੇ ਕਿਹੜੇ ਜਲੰਧਰ ਦੀ ਮਹਾਨ ਹਸਤੀ ਆ, ਅਸੀਂ ਉਹਨਾਂ ਨੂੰ ਜਲੰਧਰ ਕਪੂਰਥਲੇ ਬੁਲਾਇਆ ਇੱਕ DC ਸਾਹਿਬ ਨੂੰ ਮੰਗ ਪੱਤਰ ਦੇਣਾ ਕਿਹੜੀ ਸਾਡੀ ਐਸੀ ਸਮਾਜ ਦੀ ਜ਼ਮੀਨ ਆ, ਉਹ ਕਈ ਧਨਾਰ ਦਾ ਜਗੀਰਾਂ ਕੋਲ ਫਸੀ ਹੋਈ ਆ, ਅਸੀਂ ਉਹਨਾਂ ਦਾ ਨਾਂ ਨਹੀਂ ਲੈਣਾ, ਉਹ ਮੀਡੀਆ ਰਾਹੀਂ ਆਪ ਹੀ ਉਹਨਾਂ ਨੂੰ ਪਤਾ ਲੱਗ ਜਾਣਾ ਵਾ। ਮੈਂ ਅੱਜ ਇੱਕ ਆਪਣੇ ਏਕਤਾ ਪਾਰਟੀ ਵੱਲੋਂ ਤੇ ਨੀਟੂ ਜੀ ਵੱਲੋਂ ਤੇ ਸਾਰੇ ਸਮਾਜ ਵੱਲੋਂ ਇੱਕ ਉਹਨਾਂ ਨੂੰ ਬੇਨਤੀ ਕਰਦਾ, ਇੱਕ ਰਿਕੁਐਸਟ ਵੀ ਆ DC ਸਾਹਿਬ ਨੂੰ ਜਾਂ SSP ਸਾਹਿਬ ਨੂੰ ਜਾਂ ਭਗਵਾਨ ਜਿਹੜਾ ਭਗਵੰਤ ਮਾਨ ਆ ਮੁੱਖ ਮੰਤਰੀ ਉਹਨੂੰ ਮੈਂ ਬੇਨਤੀ ਕਰਦਾ ਵਾਂ ਕਿ ਜੇ ਸਾਡੇ ਐਸੀ ਸਪਾਦੀ ਜ਼ਮੀਨ ਸਾਨੂੰ ਵਾਪਸ ਨਹੀਂ ਦਿੱਤੀ ਤੇ ਸਾਨੂੰ ਨੇਚਰਲੀ ਤੌਰ ਤੇ ਸੜਕਾਂ ਤੇ ਆਉਣਾ ਪਊਗਾ, ਉਹਦਾ ਕਿਹੜਾ ਹਰਜਾਨਾ ਹੋਊਗਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦਾ ਹੋਊਗਾ ਜੇ ਸਾਡੇ ਐਸੀ ਸਮਾਨ ਨੂੰ ਕਿਹੜਾ ਸਾਡਾ ਹੱਕ ਬਣਦਾ, ਕਿਉਂਕਿ ਸਾਡੇ ਹੱਕ ਦੇ ਨਾਲ ਜਿਹੜੇ ਸਾਡੀਆਂ ਹੱਕ ਦੀਆਂ ਜ਼ਮੀਨਾਂ ਹੁੰਦੀਆਂ ਚਾਹੇ ਪਿੰਡਾਂ ਦੇ ਵਿੱਚ ਵੀ ਆ ਜ਼ਮੀਨਾਂ ਮਿਲਦੀਆਂ ਨਹੀਂ, ਜੇ 5 ਮਹਲੇ 2 ਮਹਲੇ ਦੇਣੇ ਸਰ 3 ਮਹਲੇ ਉਹ ਖਰਜਾ ਖਾ ਜਾਣੇ ਆ, ਇਹ ਸ਼ਹਿਰਾਂ 'ਚ ਵੀ ਇਹੀ ਰੋਲ ਹੀ ਆ। ਇਸ ਕਰਕੇ ਮੈਂ ਇਹ ਬੇਨਤੀ ਕਰਦਾ ਵਾਂ ਕਿ ਸਾਨੂੰ ਜਲਦ ਤੋਂ ਜਲਦ ਸਾਡੇ ਹੱਕ ਪੂਰੇ ਮਿਲਣ, ਜੇ ਨਾ ਮਿਲੇ ਤਾਂ ਸਾਨੂੰ ਨੈਚੁਰਲੀ ਤੌਰ ਤੇ ਸੜਕਾਂ ਤੇ ਆਉਣਾ ਪਊਗਾ ਸਮਾਜ ਦੇ ਨਾਲ। ਨੀਟੂ ਜੀ, ਜੇ ਆਪਾਂ ਗੱਲ ਕਰੀਏ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਕਹਿ ਲਓ ਕਿ ਏਕਤਾ ਪਾਰਟੀ ਦੇ ਪ੍ਰਧਾਨ ਦੇ ਨਾਲ ਜਿਹੜਾ ਕਿ ਮੰਗ ਪੱਤਰ DC ਸਾਹਿਬ ਦੇ ਨਾਮ ਦਿੱਤਾ ਵਾ, ਕਿੱਦਾਂ ਦੇਖਦੇ ਜੇ ਕਿ ਇਹਨਾਂ ਵੱਲੋਂ ਜਿਹੜੇ ਕਿ ਸਮਾਜ ਦੇ ਮੁੱਦੇ ਜੇ ਚੁੱਕੇ ਜਾਂਦੇ ਆ? ਸਭ ਤੋਂ ਪਹਿਲਾਂ ਜੀ ਆਪਾਂ ਜਿਹੜੀ ਗੱਲ ਕਰਨੀ ਹੈ ਜੀ, ਰੱਬ ਦਾ ਨਾਮ ਲਵਾਂਗੇ, ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕਿ ਮਹਾਰਾਜ ਕੀ ਜੈ। ਦੇਖੋ ਜੀ, ਜਿਹੜੇ ਆ ਮੁੱਦਾ ਚੱਕਿਆ ਪ੍ਰਧਾਨ ਜੀ ਨੇ, ਬਿੱਟੂ ਭਾਈ ਨੇ, ਸਾਡੇ SC ਸਮਾਜ ਦਾ ਮੁੱਦਾ, ਇਹ ਬਹੁਤ ਵੱਡਾ ਮੁੱਦਾ ਵਾ ਅਤੇ ਮੈਂ ਕਹਿੰਦਾ ਵੀ ਜਿਹੜੀ ਸਰਕਾਰਾਂ ਜੋ SC ਭਾਈਚਾਰੇ ਨੂੰ ਜ਼ਮੀਨਾਂ ਦਿੰਦੀਆਂ ਅਤੇ ਉਹਨਾਂ ਤੱਕ ਨਹੀਂ ਪਹੁੰਚਦੀਆਂ, ਇਹਦੇ ਵਿੱਚ ਕਿਹਦਾ ਹੱਥ ਹੈ? ਇਹ ਲੀਡਰਾਂ ਦਾ, ਜਿਹੜੇ ਲੀਡਰ ਦੇ ਚਮਚੇ ਆ ਉਹਨਾਂ ਦਾ, ਉਹ ਪਹੁੰਚਣ ਨਹੀਂ ਦਿੰਦੇ ਸਾਡੇ ਤੱਕ ਚੀਜ਼ਾਂ। ਉਸ ਤੋਂ ਬਾਅਦ ਨਾ ਤਾਂ ਉਹਨਾਂ ਦਾ ਕੋਈ ਕਾਰਵਾਈ ਹੁੰਦੀ ਕਿਉਂਕਿ ਉਹਨਾਂ ਨੇ ਸਾਰੀ ਸਰਕਾਰ ਦੱਬੀ ਹੁੰਦੀ ਹੈ। ਅਤੇ ਜੇ ਹੁਣ ਸਾਡੇ ਸਮਾਜ ਵਿੱਚ ਬੰਦੇ ਉੱਠ ਕੇ, ਸਾਡੇ ਜ਼ਿੰਮੇਦਾਰ ਨਾਗਰਿਕ ਉੱਠ ਕੇ, ਸਾਡੇ ਸਿਪਾਹੀ ਸਮਾਜ ਦੇ ਚੱਲ ਪਏ ਆ ਅਤੇ ਹੁਣ ਰੁਕਣਗੇ ਨਹੀਂ, ਕਿਉਂਕਿ ਡਾਕਟਰ ਭੀਮਰਾਓ ਬਾਬਾ ਸਾਹਿਬ ਨੇ ਸਾਨੂੰ ਸੰਵਿਧਾਨ ਦੇ ਵਿੱਚ ਜੋ ਦੱਸਿਆ, ਭਾਵੇਂ ਅਸੀਂ ਨਹੀਂ ਪੜ੍ਹੇ ਪਰ ਸਾਨੂੰ ਦੱਸ ਰਹੇ ਸਾਡੇ ਬੰਦੇ ਵੀ ਤੁਹਾਡਾ ਆਹ ਹੱਕ ਆ, ਤੁਸੀਂ ਆਪਣੇ ਹੱਕ ਲੈ ਸਕਦੇ ਹੋ, ਇਸ ਤਰੀਕੇ ਨਾਲ ਲੈ ਸਕਦੇ ਹੋ। ਅਤੇ DC ਸਾਹਿਬ ਅੱਗੇ ਖਾਸ ਤੌਰ ਤੱਕ ਆਪਾਂ ਬਹੁਤਾ ਟਾਈਮ ਨਹੀਂ ਲੈਣਾ, ਹੱਥ ਜੋੜ ਕੇ ਬੇਨਤੀ ਹੈ ਕਰਦੇ ਕਿ DC ਸਾਹਿਬ ਤੁਹਾਡੀ ਵੀ ਜਿਹੜੀ ਜਗ੍ਹਾ ਵਾ ਉਹ ਪ੍ਰਧਾਨ ਮੰਤਰੀ ਤੋਂ ਘੱਟ ਨਹੀਂ, ਮੁੱਖ ਮੰਤਰੀ ਤੋਂ ਘੱਟ ਨਹੀਂ, ਇੱਕ ਜੇ DC ਸਾਹਿਬ ਜਿਹਨੂੰ ਕਹਿੰਦੇ ਆ ਉਹ ਤੁਸੀਂ ਸਾਡੇ ਯਾਨੀ ਕਿ ਜ਼ਿਲ੍ਹੇ ਦੇ ਸਾਰੇ ਸਾਹਿਬ ਹੀ ਹੋ, ਅਤੇ ਤੁਸੀਂ ਪ੍ਰੋਪਰ ਇਨਕੁਆਇਰੀ ਕਰੋ, ਜਿਹੜੇ ਬੰਦੇ ਦੋਸ਼ੀ ਆ ਉਹਨਾਂ ਨੂੰ ਤੁਸੀਂ ਸਲਾਖਾਂ ਦੇ ਪਿੱਛੇ ਪਹੁੰਚਾਓ, ਅਤੇ ਸਾਡਾ ਹੱਕ ਜਾਂ SC ਸਮਾਜ ਭਾਈਚਾਰੇ ਦਾ ਹੱਕ ਆ ਉਹ ਸਾਨੂੰ ਦਵਾਓ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਜੇ ਇਹ ਨਹੀਂ ਹੋਊਗਾ ਫਿਰ ਕੱਲ੍ਹ ਨੂੰ ਅਸੀਂ ਪ੍ਰਦਰਸ਼ਨ ਕਰਾਂਗੇ ਜਾਂ ਰੋਡ ਬੰਦ ਕਰਾਂਗੇ। ਇਹਦੇ ਜ਼ਿੰਮੇਦਾਰ ਕੇਂਦਰ ਸਰਕਾਰ, ਭਾਰਤ ਸਰਕਾਰ ਅਤੇ ਜਿਹੜੇ ਇਹਨਾਂ ਦੇ ਪ੍ਰਸ਼ਾਸਨ ਦੇ ਮੰਤਰੀ ਸੰਤਰੀ ਉਹ ਆ ਕਿ ਜਿਹੜੇ ਗੈਰ ਕਾਨੂੰਨੀ ਕੰਮ ਕਰਾਉਂਦੇ ਆ ਅਤੇ ਆਪਾਂ ਇਸ ਹੱਕ 'ਚ ਨਹੀਂ ਹੈਗੇ। ਅਤੇ ਮੈਂ ਇੰਨੀ ਜੀ ਇਜਾਜ਼ਤ ਲੈਣਾ।
ਨੀਟੂ ਜੀ ਗੱਲ ਕਰੀਏ, ਸੁਣਨ 'ਚ ਆ ਰਿਹਾ ਕਿ ਤੁਸੀਂ ਵੀ ਕਹਿ ਲਓ ਕਿ ਪੀਐਮ ਮੋਦੀ ਸਾਹਿਬ ਦੇ ਮੁਕਾਬਲੇ ਇਲੈਕਸ਼ਨ ਵੀ ਲੜ ਰਹੇ ਹੈ। ਦੇਖੋ ਜੀ, ਮੇਰੇ 9 ਘਰ ਦੇ ਮੈਂਬਰ ਹਾਂ ਅਤੇ ਮੈਂ ਅਲੱਗ ਅਲੱਗ ਕੀ ਪਤਾ ਆਪਣੀ ਮਾਤਾ ਨੂੰ ਇਲੈਕਸ਼ਨ ਲੜਨ ਵਾਲੇ ਨੂੰ ਮੋਦੀ ਸਾਹਿਬ ਮੋਦੀ ਸਾਹਿਬ ਦੇ ਸਾਹਮਣੇ ਆਪਣੀ ਮਾਤਾ ਖੜੀ ਕਰੂੰਗਾ, ਔਰ ਆਪਣੇ ਜਿੰਨੇ ਬੰਦੇ ਆ ਅੰਮ੍ਰਿਤਸਰ, ਗੁਰਦਾਸਪੁਰ, ਮੁਕੇਰੀਆਂ, ਦਸੂਆ, ਜਿੱਥੇ ਜਿੱਥੇ ਮਤਲਬ ਜਿਹੜੀ ਜਿੱਥੇ ਤਾਂ ਐਮ ਪੀ ਦੀ ਸੀਟ ਖਾਲੀ ਹੈ ਨਾ, ਉਸ ਜਗ੍ਹਾ ਦੇ ਇੱਕ ਇੱਕ ਬੰਦਾ ਆਪਣਾ ਖੜਾ ਕਰਨਾ। 9 ਮੈਂਬਰ ਆ, ਅੰਮ੍ਰਿਤਸਰ ਦੇ ਵਿੱਚ ਵੀ ਸਾਡਾ ਬੰਦਾ ਜ਼ਰੂਰ ਇੱਕ ਅੱਧਾ ਖੜਾ ਹੋਊਗਾ, ਕਿਉਂਕਿ ਆਪਾਂ ਇਹ ਲੜਾਈ ਸਾਡੀ ਨਹੀਂ ਗੀ, ਇਹ ਆਪਾਂ ਜਿਹੜੀ ਸਾਡੇ ਐਸੀ ਭਾਈਚਾਰੇ ਲੜਾਈ ਆ ਆਪਾਂ ਅੱਗੇ ਤੱਕ ਲੈ ਕੇ ਜਾਵਾਂਗੇ, ਔਰ ਸਾਨੂੰ ਜਾਂ ਰੋਕਣ ਵਾਲਾ ਕੋਈ ਵੀ ਨਹੀਂ, ਕਿਉਂਕਿ ਸਾਨੂੰ ਨਾ ਮਾਤਾ ਚਿੰਤਪੁਰਨੀ ਦਾ ਆਸ਼ੀਰਵਾਦ ਆ ਵੀ ਤੇਰੇ ਅੱਗੇ ਜਿਹੜਾ ਵੀ ਰਹੂਗਾ ਉਹ ਥੋੜ੍ਹਾ ਮਤਲਬ ਕਿ ਹਾਰਨ ਦੀ ਕੋਸ਼ਿਸ਼ ਰਹੂਗਾ, ਜਿੱਦਣ ਦੀ ਕੋਸ਼ਿਸ਼ ਘੱਟ ਹੈ। ਜੇ ਗੱਲ ਕਰੀਏ ਕਹਿ ਲਓ ਕਿ ਤੁਸੀਂ ਜਿੱਦਾਂ ਕਿ ਪਹਿਲਾਂ ਵੀ ਕਹਿੰਦੇ ਸੀ ਇਲੈਕਸ਼ਨ ਪਾਰਦਰਸ਼ੀ ਨਹੀਂ ਹੁੰਦੇ, ਤੁਹਾਨੂੰ ਲੱਗਦਾ ਕਿ ਐਮ ਪੀ ਦੇ ਇਲੈਕਸ਼ਨ ਪਾਰਦਰਸ਼ੀ ਹੋਣਗੇ? ਤੁਸੀਂ ਦੱਸੋ ਮੈਨੂੰ ਕਿਹੜੀ ਪਾਰਟੀ ਲੋਕਾਂ ਦੇ ਮਨ 'ਚ ਬੈਠੀ? ਲੋਕਾਂ ਦੇ ਮਨਾਂ 'ਚ ਕੋਈ ਪਾਰਟੀ ਨਹੀਂ, ਲੋਕ ਇਸ ਤਰ੍ਹਾਂ ਟੁੱਟ ਚੁੱਕੇ ਆ। ਟੁੱਟਿਆਂ ਬੰਦਿਆਂ ਨੂੰ ਸਹਾਰਾ ਇੱਕੋ ਹੀ ਆ, ਉਹਦਾ ਨਾਮ ਹੈ ਨੀਟੂ ਸ਼ਟਰਾਂ ਵਾਲਾ। ਦੋ ਹੀ ਬੰਦੇ ਸੀਗੇ, ਸਿੱਧੂ ਮੂਸੇ ਵਾਲਾ ਅਤੇ ਦੂਜਾ ਨੀਟੂ ਸ਼ਟਰਾਂ ਵਾਲਾ, ਜਿਹੜਾ ਦੇਸ਼ ਨੂੰ ਬਚਾਸਦਾ, ਜਿਹੜੇ ਕੌਮ ਨੂੰ ਬਚਾਸਦਾ, ਜਿਹੜਾ ਇਤਿਹਾਸ ਨੂੰ ਬਚਾਸਦਾ, ਔਰ ਐਸੀ ਭਾਈਚਾਰੇ ਸਾਡੇ ਜਿਹੜੇ ਸਮਾਜ ਦੇ ਆ ਪ੍ਰਧਾਨ ਜੀ ਸਾਡੇ, ਇਹਨਾਂ ਦੇ ਆਸ਼ੀਰਵਾਦ ਨਾਲ, ਔਰ ਜਿਵੇਂ ਚੰਦਨ ਗਰੇਵਾਲ ਭਾਅ ਜੀ ਸਾਡੇ ਹੋ ਗਏ ਸਮਾਜ ਦੇ ਮੇਨ, ਹਾਂਜੀ ਗੁਰਮੀਤ ਭਾਅ ਜੀ ਸਾਡੇ ਦੇ, ਜਾਣੀ ਜਿੰਨੇ ਵੀ ਸਾਡੇ ਕੌਮ ਦੇ ਲੀਡਰ ਆ, ਮੈਨੂੰ ਨਾਮ ਨਹੀਂ ਪਤਾ, ਮੈਂ ਮਾਫ਼ੀ ਚਾਹੁੰਦਾ ਉਹਨਾਂ ਦੇ ਨਾਮ ਵੀ ਨਹੀਂ ਲੈ ਸਕਿਆ, ਪਰ ਸਾਰੇ ਸਾਡੀ ਕੌਮ ਦੇ ਲੀਡਰ ਜਾਗ ਗਏ ਆ, ਅਤੇ ਹੁਣ ਜਿਹੜੇ ਚੋਰ ਆ ਉਹ ਬਚ ਕੇ ਰਹਿਣ ਬਸ। ਨਹੀਂ ਤੁਹਾਨੂੰ ਲੱਗਦਾ ਕਿ ਜਿਹੜੇ ਕਿ ਇਲੈਕਸ਼ਨ ਹੈਗੇ ਕਿ ਪਾਰਦਰਸ਼ਤਾ, ਮਤਲਬ ਕਿ ਕੋਈ ਘਪਲਾ ਜਾਂ ਕੋਈ ਜਿੱਦਾਂ ਪਹਿਲਾਂ ਕਹਿੰਦੇ ਕਿ ਸਾਰਾ ਕੀਤਾ ਹੀ ਘਪਲਾ ਵਾ, ਮੇਰੇ ਘਰ ਦੀਆਂ 9 ਵੋਟਾਂ ਸੀ, ਮੈਨੂੰ 5 ਪਈਆਂ ਉਹਨਾਂ 'ਚੋਂ, ਇਹ 'ਚ ਸੱਚਾਈ ਕਿਹੜੀ ਅਤੇ ਝੂਠ ਕਿਹੜਾ? ਜਿੰਨਾ ਕੁ ਜਾਣੀ ਕਿ ਮੈਂ ਕਹਿੰਦਾ ਵੀ ਮੈਂ ਕੀ ਕੀਤਾ, ਮੈਂ ਇਲੈਕਸ਼ਨ 'ਚ ਖੜਾ ਆ, ਮੈਂ ਜਿੱਦਣ ਇਲੈਕਸ਼ਨ ਖੜੇ ਹੋਏ ਇੱਕ ਸਰਕਾਰ ਨੇ ਚੀਜ਼ ਦਿਖਾਉਣੀ, ਮੈਂ ਅੱਜ ਮੈਂ ਤੁਹਾਡੇ ਚੈਨਲ ਨਹੀਂ ਕਰ ਲੱਗਾ ਪਰ ਮੈਂ ਕਰਨ ਵਾਲੇ ਸੀਗਾ ਵੀ ਇੱਕ ਸਰਕਾਰ ਨੂੰ ਕਹਿੰਦਾ ਚੀਜ਼ ਦਿਖਾਈ, ਲੋਕਾਂ ਦੀ ਪੈਰਾਂ ਥੋੜ੍ਹੀ ਜ਼ਮੀਨ ਨਿਕਲੇਗੀ ਕਿ ਯਾਰ ਨੀਟੂ ਸ਼ਟਰਾਂ ਵਾਲੇ ਅੱਜ ਇਹ ਕੀ ਸੱਚਾਈ ਦੱਸਤੀ। ਇੱਕ ਕੇਜਰੀਵਾਲ ਦੀ ਵੀਡੀਓ ਸੀ, ਮੈਂ ਵਾਇਰਲ ਕੀਤੀ ਸੀ ਉਸ ਟਾਈਮ 'ਤੇ, ਕਿਹਾ ਸੀ ਵਾਇਰਲ ਕੀਤੇ ਕਹਿੰਦਾ ਚੱਲ ਚੁੱਕੀ ਵੀਡੀਓ, ਪਰ ਇੱਕ ਲੋਕਾਂ ਦੇ ਪੈਰਾਂ ਥੋੜ੍ਹੀ ਜ਼ਮੀਨ ਨਿਕਲ ਜਾਏਗੀ, ਪੂਰੇ ਇੰਡੀਆ ਦੇ, ਪੂਰੇ ਭਾਰਤ ਦੇਸ਼, ਹਿੰਦੁਸਤਾਨ ਹਿੱਲ ਜਾਏਗਾ ਜਿਸ ਦਿਨ ਮੈਂ ਉਹ ਚੀਜ਼ ਦਿਖਾਊਂਗਾ, ਔਰ ਇਲੈਕਸ਼ਨਾਂ ਦੇ ਵਿੱਚ ਮੈਂ ਦਿਖਾਉਣੀ, ਪਹਿਲਾਂ ਨਹੀਂ ਦਿਖਾਉਣੀ ਮੈਂ। ਕੀ ਚੀਜ਼ ਕੀ ਹੈ ਮੈਂ ਇੱਦਾਂ ਨਹੀਂ ਦੱਸ ਸਕਦਾ, ਕਿਉਂਕਿ ਲੋਕ ਫੈਸਲਾ ਕਰਨਗੇ ਵੀ ਸਾਡੇ ਕੋਲ ਕੀ ਹੈ, ਕੀ ਸਾਡਾ ਐਸੀ ਸਮਾਜ ਜਿਹੜਾ ਭਾਈਚਾਰਾ ਇਹਨੂੰ ਅੱਗੇ ਲਿਜਾਣ ਵਾਸਤੇ ਸਾਡਾ ਦਿਲ, ਸਾਡੀ ਜਾਨ, ਸਾਡਾ ਖੂਨ ਦਾ ਕਤਰਾ ਕਤਰਾ ਵੀ ਇੱਕੋ ਹੀ ਕਤਰਾ ਬੋਲਦਾ ਵਾ, ਜੈ ਭੀਮ ਬਾਬਾ ਸਾਹਿਬ, ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਣਗੇ। ਤੈਨੂੰ ਭਗਵੰਤ ਮਾਨ ਦੀ ਸਰਕਾਰ ਦਾ ਕਿੱਧਰ ਕੰਮ ਕਰ? ਕਿਸੇ ਦੀ ਸਰਕਾਰ ਨਹੀਂ ਚੰਗੀ ਲੱਗਦੀ, ਮੈਨੂੰ ਇੱਕੋ ਸਰਕਾਰ ਚੰਗੀ ਲੱਗਦੀ ਆ, ਉਹ ਡਾਕਟਰ ਭੀਮ ਰਾਓ ਬਾਬਾ ਸਾਹਿਬ ਦੀ ਹੈ, ਉਹ ਉਹਨਾਂ ਦੀ ਸਰਕਾਰ ਆ, ਦੂਜੇ ਬੰਦੇ ਦੀ ਕੋਈ ਸਰਕਾਰ ਨਹੀਂ ਹੋ ਸਕਦੀ। ਜਿਹਦੇ ਦਿਲ ਵਿੱਚ ਇਹ ਨਹੀਂ ਜਗ੍ਹਾ, ਸਮਝੋ ਉਹਦਾ ਬੇੜਾ ਡੁੱਬਿਆ ਹੀ ਲੈ, ਉਹਦਾ ਬੇੜਾ ਡੁੱਬਿਆ ਹੀ ਲੈ। ਸਰ, ਕੀ ਏਜੰਡਾ ਸੀ ਜਿਹਨੂੰ ਲੈ ਕੇ ਅੱਜ ਜਿਹੜਾ ਕਿ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ ਵਾ? ਮੈਂ ਗੁਰਮੀਤਲਾ ਬਿੱਟੂ, ਪ੍ਰਧਾਨ ਏਕਤਾ ਪਾਰਟੀ ਔਰ ਸਮੁੱਚੀ ਏਕਤਾ ਪਾਰਟੀ ਵੱਲੋਂ ਵੀ ਇੱਕ ਮੰਗ ਪੱਤਰ ਜਿਹੜਾ ਅਰੁਣ ਸੱਭਰਵਾਲ ਦੀ ਅਗਵਾਈ ਵਿੱਚ ਦਿੱਤਾ ਗਿਆ, ਉਹ ਮੰਗ ਪੱਤਰ ਸਾਡੇ ਬਹੁਤ ਪਿਆਰੇ ਅਜੀਜ਼ ਡਿਪਟੀ ਹਰਪ੍ਰੀਤ ਸਿੰਘ ਜੀ ਆਏ ਸੀ ਮੌਕੇ 'ਤੇ, ਉਹ ਲੈ ਕੇ ਗਏ ਆ, ਔਰ ਕਾਫੀ ਦਿਨਾਂ ਤੋਂ ਮੈਂ ਸਮਝਦਾ ਏਕਤਾ ਪਾਰਟੀ ਦੀਆਂ ਪ੍ਰੈਸ ਕਾਨਫਰੰਸਾਂ ਚੱਲਦੀਆਂ ਪਈਆਂ, ਔਰ ਉਸੇ ਦਰਮਿਆਨ ਇੱਕ ਅੱਜ ਮੰਗ ਪੱਤਰ ਦੇਣ ਦਾ ਇੱਕ ਪ੍ਰੋਗਰਾਮ ਲਿਖਿਆ ਗਿਆ ਸੀਗਾ, ਕਿਉਂਕਿ ਪਿਛਲੇ ਕਾਫੀ ਸਾਲਾਂ ਦੇ ਵਿੱਚ ਵੀ ਐਸੀ ਭਾਈਚਾਰੇ ਜ਼ਮੀਨਾਂ ਜਿਹੜੀਆਂ ਹੈਗੀਆਂ, ਕਿਉਂਕਿ ਪੰਜਾਬ ਦੇ ਵਿੱਚ ਲਗਭਗ 50% ਜਿਹੜੀਆਂ ਉਹ ਐਸੀ ਭਾਈਚਾਰੇ ਜ਼ਮੀਨਾਂ ਹੈਗੀਆਂ, ਉਹ ਜ਼ਮੀਨਾਂ ਜਿਹੜੀਆਂ ਮੈਂ ਸਮਝਦਾ
ਵੀ ਜਾਂ ਤਾਂ ਤਨਾੜ ਲੀਡਰਾਂ ਨੇ ਮਲੱਕੀਆਂ ਪਈਆਂ ਜਾਂ ਤਨਾੜ ਜਿਹੜੇ ਕੁਛ ਪਾਰਟੀਆਂ ਨਾਲ ਜੁੜੇ ਲੋਕ ਹੈਗੇ ਉਹਨਾਂ ਥੱਲੇ ਜ਼ਮੀਨਾਂ ਉਹ ਵਗਦੀਆਂ ਪਈਆਂ ਔਰ ਕਪੂਰਥਲੇ ਦੇ ਵਿੱਚ 25% ਜਿਹੜੀ ਜਗ੍ਹਾ ਐਸੀ ਭਾਈਚਾਰੇ ਦੀ ਜਿਹੜੀ ਉਹ ਲਾੜੇ ਲੋਕਾਂ ਨੇ ਦੱਬੀਆਂ ਪਈਆਂ ਕਿਉਂਕਿ ਐਸੀ ਭਾਈਚਾਰਾ ਜਿਹੜਾ ਅੱਜ ਵੀ ਬਹੁਤ ਗਰੀਬ ਹੈਗਾ ਜਿਨ੍ਹਾਂ ਕੋਲ ਛੱਤ ਹੈ ਨਹੀਂ ਗੀ ਜਿਨ੍ਹਾਂ ਕੋਲ ਆਪਣਾ ਪਲਾਟ ਨਹੀਂ ਹੈਗਾ ਕਈ ਤਾਂ ਇਹੋ ਜਿਹੇ ਪਰਿਵਾਰ ਹੈਗੇ ਆ ਜਿਹੜੇ ਇੱਕ ਦੋ ਦੋ ਮਰਲੇ ਦੇ ਵਿੱਚ ਚਾਰ ਚਾਰ ਪੰਜ ਪੰਜ ਪਰਿਵਾਰ ਰਹਿੰਦੇ ਆ ਪਰ ਮੈਂ ਸਮਝਦਾ ਵੀ 70 ਸਾਲ ਦੇ ਵਿੱਚ ਕਈ ਸਰਕਾਰਾਂ ਆਈਆਂ ਕਈ ਗਈਆਂ ਜਦੋਂ ਕੋਈ ਵੀ ਵੋਟਾਂ ਹੁੰਦੀਆਂ ਇਹ ਸਰਕਾਰਾਂ ਉੱਥੇ ਜਾਂਦੀਆਂ ਜਿੱਥੇ ਐਸੀ ਭਾਈਚਾਰਾ ਜ਼ਿਆਦਾ ਹੁੰਦਾ ਉੱਥੇ ਬੜੇ ਝੂਠ ਮਾਰਦੇ ਆ ਮੰਜਿਆਂ 'ਤੇ ਬਹਿ ਬਹਿ ਕਹਿੰਦੇ ਆ ਵੀ ਜੇ ਸਾਡੀ ਸਰਕਾਰ ਬਣ ਗਈ ਐ ਕੀ ਤਰ੍ਹਾਂ ਮੁੰਡਾ ਨੌਕਰੀ ਲਵਾ ਦੇਣਾ ਵਾ ਤੁਹਾਨੂੰ ਐ ਕੀ 5 ਮਰਲਿਆ ਪਲਾਟ ਦਵਾ ਦਿੰਦਾ ਵਾ ਨਾਲ ਬਣਾਉਣ ਵਾ ਤੁਹਾਨੂੰ 2-4 ਲੱਖ ਰੁਪਈਆ ਵੀ ਦਵਾ ਦਿੰਦਾ ਕਿਉਂਕਿ ਸਾਡੇ ਗਰੀਬ ਜਿਹੜੇ ਹੈਗੇ ਆ ਉਹ ਵਿਚਾਰੇ ਛੇਤੀ ਲਾਲਚ ਵਿੱਚ ਆ ਜਾਂਦੇ ਆ ਵੀ ਹੋ ਸਕਦਾ ਵੋਟਾਂ ਪਾਉਣ ਨਾਲ ਸਾਡੇ ਛੱਤ ਮਿਲੀ ਜਾਵੇ ਪਰ ਮੈਂ ਸਮਝਦਾ ਵੋਟਾਂ ਤੋਂ ਬਾਅਦ ਮੁੜ ਕੇ ਨਾ ਤਾਂ ਉਹਨਾਂ ਕੋਲ ਵੜਦੇ ਆ ਨਾ ਜਾਂਦੇ ਹੈਗੇ ਆ ਇਸੇ ਤਰ੍ਹਾਂ ਹੀ ਏਕਤਾ ਪਾਰਟੀ ਨੇ ਸਮੇਂ ਸਮੇਂ 'ਤੇ ਜਿਹੜੀਆਂ ਸਰਕਾਰਾਂ ਲੋਕਾਂ ਧੱਕਾ ਕੀਤਾ ਉਹਨਾਂ ਨੂੰ ਮੈਂ ਸਮਝਦਾ ਇਨਸਾਫ ਦਵਾਇਆ ਹੈ ਚਾਹੇ ਜਿੱਦਾਂ ਮਰਜ਼ੀ ਹੋ ਜੇ ਔਰ ਇਸੇ ਤਰ੍ਹਾਂ ਹੀ ਸਾਡੇ ਭਾਈ ਸਾਹਿਬ ਹੈਗੇ ਜਲੰਧਰ ਤੋਂ ਜਿਹੜੇ ਕਾਫੀ ਮਸ਼ਹੂਰ ਹੈਗੇ ਆ ਪੰਜਾਬ ਦੇ ਵਿੱਚ ਕਾਫੀ ਮਸ਼ਹੂਰ ਹੈਗੇ ਆ ਨੀਟੂ ਛੱਡਣਾ ਵਾਲੇ ਕਿਉਂਕਿ ਇਹ ਵੀ ਸਮਾਜ ਦੀ ਲੜਾਈ ਮੈਂ ਸਮਝਦਾ ਭਾਈਚਾਰੇ ਵਾਸਤੇ ਬਹੁਤ ਲੜਦੇ ਹੈਗੇ ਆ ਔਰ ਤਨਾੜ ਜਗੀਰਦਾਰਾਂ ਦੇ ਖਿਲਾਫ ਇਲੈਕਸ਼ਨ ਲੜਦੇ ਆ ਪਰ ਮੈਂ ਸਮਝਦਾ ਵੀ ਲੋਕਾਂ ਨੂੰ ਵੀ ਚਾਹੀਦਾ ਵਾ ਵੀ ਜਿਹੜਾ ਸਮਾਜ ਦੀ ਗੱਲ ਕਰਦਾ ਜਾਂ ਭਾਈਚਾਰੇ 'ਚ ਵਿਚਰਦਾ ਵੀ ਉਹਦੀ ਜਿਹੜੀ ਬਾਂਹ ਜਿਹੜੀ ਆ ਉਹ ਫੜਨੀ ਚਾਹੀਦੀ ਹੈਗੀ ਆ ਐਤਕੀ ਕੋਈ ਪਾਰਟੀ ਵੱਲੋਂ ਕੋਈ MP ਦੇ ਇਲੈਕਸ਼ਨ ਲਈ ਕੋਈ ਕੈਂਡੀਡੇਟ ਖੜੇ ਅਸੀਂ ਵਿਚਾਰ ਕਰ ਰਹੇ ਹਾਂ ਹੋਰ 2-4 ਦਿਨਾਂ ਦੇ ਵਿੱਚ ਮੈਂ ਸਮਝਦਾ ਵੀ ਸਾਥੀਆਂ ਨਾਲ ਗੱਲ ਕਰਕੇ ਇਹ ਵੀ ਮੈਂ ਸਮਝਦਾ ਪ੍ਰੋਗਰਾਮ ਜਿਹੜਾ ਲਿਖਿਆ ਜਾਊਗਾ ਉਹ ਦੂਸਰੀ ਜਿਹੜੀ ਮੈਂ ਜ਼ਮੀਨ ਦੀ ਗੱਲ ਕਰਦਾ ਸੀਗਾ ਕਿਉਂਕਿ ਪਿੱਛੇ ਵੀ ਇੱਕ ਮੈਂ ਪ੍ਰੈਸ ਕਾਨਫਰੰਸ ਕੀਤੀ ਆ ਕਿਉਂਕਿ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਲਗਭਗ ਲੋਕਾਂ ਨੂੰ ਪਤਾ ਹੀ ਹੈਗਾ ਵੀ ਇੱਕ ਕਾਫਲਾ ਜਿਹੜਾ DC ਸਾਹਿਬ ਨੂੰ ਮੰਗ ਪੱਤਰ ਦੇ ਕੇ ਆਇਆ ਸੀਗਾ ਵੀ ਕੁਛ ਸ਼ਰਾਰਤੀ ਅੰਸ਼ ਜਿਹੜੇ ਆ ਉਹਨੇ ਸ਼ਰਾਰਤੀ ਕਿਹਾ ਵਾ ਜਦੋਂ ਕੋਈ ਸਮਾਜ ਦੀ ਲੜਾਈ ਲੜਦਾ ਨਾ ਉਹ ਸ਼ਰਾਰਤੀ ਨਹੀਂ ਹੁੰਦਾ ਉਹ ਸਮਾਜ ਨੂੰ ਇਨਸਾਫ ਦਿਵਾਉਣ ਵਾਸਤੇ ਉਹ ਲੜਾਈ ਲੜਦਾ ਵਾ ਪਰ ਉਸ ਬੰਦੇ ਨੇ ਗੱਲ ਕਹੀ ਉੱਥੇ ਕਾਫੀ ਕੌਂਸਲਰ ਸੀਗੇ ਵਪਾਰ ਮੰਡਲ ਦੇ ਪ੍ਰਧਾਨ ਸੀਗਾ ਅੱਜ ਮੈਂ ਫੇਰ ਗੱਲ ਕਹਿਣ ਲੱਗਾ ਉੱਥੇ ਵਪਾਰ ਮੰਡਲ ਦੇ ਪ੍ਰਧਾਨ ਸੀਗੇ ਕੌਂਸਲਰ ਸੀਗੇ BJP ਦੇ ਵੀ ਸਾਥੀ ਉੱਥੇ ਸੀਗੇ ਦੇਖੋ ਜਦੋਂ ਤੇ ਕਿਸੇ ਗਰੀਬ ਦੇ ਭੀੜ ਪੈਂਦੀ ਹੈ ਇਹ ਸਮਾਜ ਨਾਲ ਖੜੇ ਨਹੀਂ ਹੁੰਦੇ ਪਰ ਉਹਨੇ ਗੱਲ ਇੱਕ ਉੱਥੇ ਕਹੀ ਕਿਉਂਕਿ ਜਿਸ ਤਰ੍ਹਾਂ ਕਹੀਦਾ ਨਾ ਇੱਕ ਚੋਰ ਚੋਰੀ ਕਰਦਾ ਜਦੋਂ ਉਹ ਚੋਰ ਫੜਿਆ ਜਾਂਦਾ ਫਿਰ ਉਹ ਸਮਾਨ ਜਿਹੜਾ ਵਾ ਉੱਥੇ ਵਾਪਸ ਕਰ ਦਿੰਦਾ ਕਿ ਮੈਂ ਚੋਰੀ ਕੀਤੀ ਸੀਗੀ ਪਰ ਮੈਂ ਸਮਾਨ ਮੋੜਤਾ ਵਾ ਇਸੇ ਤਰ੍ਹਾਂ ਉਹਨੇ ਗੱਲ ਕਹੀ ਵੀ 28 ਕਨਾਲ 4 ਮਰਲੇ ਮੈਂ ਸਰਕਾਰ ਨੂੰ ਮੋੜਤੀ ਹੈ ਇਹਦਾ ਮਤਲਬ ਕਿ ਉਹਨੇ ਚੋਰੀ ਕੀਤੀ ਹੈ ਅਸੀਂ DC ਸਾਹਿਬ ਨੂੰ ਇਹ ਮੰਗ ਕਰਦੇ ਹਾਂ ਦੇਖੋ ਜਦੋਂ ਕੋਈ ਇਸ਼ੂ ਉੱਠਦਾ ਨਾ ਉਹਦਾ ਕੋਈ ਨਾ ਕੋਈ ਰਿਜ਼ਲਟ ਆਪਾਂ ਨੂੰ ਕੱਢਣਾ ਚਾਹੀਦਾ ਵਾ ਜੇ ਅੱਜ DC ਸਾਹਿਬ ਪ੍ਰੋਪਰ ਇਨਕੁਆਇਰੀ ਕਰਕੇ
ਜੇ ਉਹ ਸਹੀ ਇਨਕੁਆਇਰੀ ਕਰਦੇ ਆ ਉੱਥੋਂ ਜ਼ਮੀਨ ਕਾਫੀ ਨਿਕਲਣੀ ਹੈ। ਜੇ ਉੱਥੋਂ ਜ਼ਮੀਨ ਨਿਕਲਦੀ ਹੈ ਵੀ ਮੈਂ ਸਮਝਦਾ ਐਸੀ ਭਾਈਚਾਰੇ ਦਾ ਬਹੁਤ ਵੱਡਾ ਇੱਕ ਜਿਹੜਾ ਮੈਂ ਕਿ ਫਾਇਦਾ ਹੋਊਗਾ। ਔਰ ਮੈਂ ਮੀਡੀਆ ਰਾਹੀਂ ਮੈਂ ਆਪਣੀ ਪਾਰਟੀ ਵੱਲੋਂ ਏਕਤਾ ਪਾਰਟੀ ਵੱਲੋਂ ਖਾਸ ਤੌਰ 'ਤੇ ਨੀਟੂ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਮਾਜ ਦੀ ਗੱਲ ਕਰਨ ਵਾਸਤੇ ਸਪੈਸ਼ਲ ਜਲੰਧਰੋਂ ਜਿਹੜੇ ਆ ਕਪੂਰਥਲੇ 'ਚ ਆਏ ਆ, ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ।